ਗਾਰਡ ਤੇ ਪਿਸਤੌਲ ਤਾਨਕੇ ਲੁਟੇਰਿਆਂ ਨੇ ਕੀਤੀ ਵੱਡੀ ਲੁੱਟ ਵੇਖੋ ਕਿਵੇਂ ਕਾਰਾ ਦੇ ਸ਼ੋਰੂਮ ਚੋਂ ਕੱਢ ਕੇ ਲੈ ਗਏ ਲੱਖਾਂ ਦੀ ਨਕਦੀ ਸੀਸੀਟੀਵੀ ਕੈਮਰੇ ਚ ਕੈਦ ਹੋਈ ساری ਵਾਰਦਾਤ ਤਦਾਦੇ ਕੇ ਲੁਟੇਰਿਆ ਨੇ ਦੋ ਕਾਰ ਸ਼ੋਰੂਮਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਇਹਨਾਂ ਦੇ ਵੱਲੋਂ ਮੌਕੇ ਤੇ ਮੌਜੂਦ ਸਿਕਿਉਰਿਟੀ ਗਾਰਡ ਤੇ ਪਿਸਤੌਲ ਤਾਨ ਲਈ ਗਈ ਤੇ ਫਿਰ ਇਹਨਾਂ ਦੇ ਵੱਲੋਂ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ 5 ਤੋਂ 7 ਲੁਟੇਰੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਇਸ ਸ਼ੋਰੂਮ ਦਾ ਗੇਟ ਟੱਪਿਆ ਜਾਂਦਾ ਹੈ ਜਿਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਪਈ 7 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਇਹ 5 ਤੋਂ 7 ਲੁਟੇਰੇ ਵਿਖੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹਨਾਂ ਦੇ ਕੋਲ ਖਤਰਨਾਕ ਹਥਿਆਰ ਸੀ ਜਿਸ ਨੂੰ ਲੈ ਕੇ ਇਹ ਲੁੱਟ ਕਰਨ ਪਹੁੰਚੇ ਸੀ ਤਾਂ ਮੌਕੇ ਤੇ ਮੌਜੂਦ ਸੀ ਇੱਕ ਸਿਕਿਉਰਿਟੀ ਗਾਰਡ ਪਰ ਇਹਨਾਂ ਦੇ ਵੱਲੋਂ ਉਸਤੇ ਸਰ ਤੇ ਪਿਸਤੌਲ ਤਾਂ ਲਈ ਜਾਂਦੀ ਐ ਤੇ ਉਸ ਨੂੰ ਉੱਥੇ ਹੀ ਬਿਠਾ ਦਿੱਤਾ ਜਾਂਦਾ ਹੈ ਤਾਂ ਬਾਕੀ ਦੇ ਲੁਟੇਰੇ ਅੰਦਰ ਵੜ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕਰੀਬ 7.5 ਲੱਖ ਰੁਪਏ ਦੀ ਨਕਦੀ ਹੁੰਦੀ ਹੈ ਜੋ ਕਿ ਇਹਨਾਂ ਦੇ ਵੱਲੋਂ ਕੱਢ ਲਈ ਜਾਂਦੀ ਐ ਤੇ ਫਿਰ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਬਹਾਦਰਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਕਾਰ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਵੱਡੀ ਲੁੱਟ ਕੀਤੀ ਗਈ ਹੈ केयरटेक कर लो मोटर कंपनी नूणा माजरा से हमारे यहाँ कल रात को एक बजकर सोलह मिनट पर पांच अज्ञात व्यक्ति दीवार कूद कर घुसे हैं जो कि पहले दीवार रोड शॉप एरिए के अंदर से दीवार कूद के घुसे हैं उसके बाद उन्होंने फिर हमारे शोरूम कॉमर्शियल शोरूम का जो ना किसी रॉड वगैरह से सरे शीशा तोड़ा फिर पूरे शोरूम की उन्होंने तलाशी ली और उन्होंने हमारे कैशियर का जो है ना लोकर भी तोड़ा गया उसकी दराज तोड़ी गई पूरे शोरूम के अंदर छानबीन करके गए तथा तोड़फोड़ करके गए और उसके बाद वो पीछे वर्कशॉप की तरफ भी पूरा घूम घूम के गए हैं रात को एक बजकर उनसठ मिनट के अंदर वो वापसी हमारी मेन गेट के रास्ते से दिखाई दिए सी सी टी वी के अंदर हमें पांच आदमी मिले हैं जिन्होंने पूरी तरीके से अपना मुंह मुँह हुआ था ताकि पहचान में ना आ सके ये हमारे पास सी सी टी वी की फुटेज भी है और सभी जो ना काफ़ी नुकसान करके गए वो हमारे दो सुरक्षा गार्ड गेट के ऊपर थे जो कि बिल्कुल ही लापरवाही के साथ घोड़े बेच कर सो रहे थे ਉਨਕੋ ਘਟਨਾ ਕੀ ਕੋਈ ਜਾਣਕਾਰੀ ਨਹੀਂ ਇਤਨੀ ਗਹਿਰੀ ਨੀਂਦ ਕੇ ਅੰਦਰ ਸੋਏ ਹੋਏ ਥੇ ਕਿ ਉਨਕੋ ਘਟਨਾ ਕੀ ਕੋਈ ਵੀ ਜਾਣਕਾਰੀ ਇਹ ਨਹੀਂ ਹੋਈ ਕਿ ਇੱਥੇ ਕੀ ਹੋ ਰਹਾ ਹੈ ਕਿਸੇ ਵੇਸਕ ਆਪਕੋ ਅਨਸਤੋ ਕੀ ਬਤਾਏ ਸਰ ਕਿਉਂਕਿ ਉਹਨਾਂ ਨੇ ਮੂੰਹ ਢੱਕੀ ਹੋਏ ਥੇ ਤੋਂ ਕਿਸੇ ਦਾ ਕੋਈ ਠੇਰਾ ਪਛਾਣ ਨਹੀਂ ਆ ਪਾਰਾ ਗਾਰਡ ਤੇ ਪਿਸਤੌਲ ਤਾਨ ਕੇ ਲੁਟੇਰਿਆ ਨੇ ਕੀਤੀ ਵੱਡੀ ਲੁੱਟ ਵੇਖੋ ਕਿਵੇਂ ਕਾਰਾ ਦੇ ਸ਼ੋਅਰੂਮ ਚੋਂ ਕੱਢ ਕੇ ਲੈ ਗਏ ਲੱਖਾਂ ਦੀ ਨਕਦੀ ਸੀਸੀਟੀਵੀ ਕੈਮਰੇ ਚਿੱਟਾਇਤ ਹੋਈ ਸਾਰੀ ਵਾਰਦਾਤ ਤਾਦਾਦੇ ਕ ਲੁਟੇਰਿਆ ਨੇ ਦੋ ਕਾਰ ਸ਼ੋਰੂਮਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਇਹਨਾਂ ਦੇ ਵੱਲੋਂ ਮੌਕੇ ਤੇ ਮੌਜੂਦ ਸਿਕਿਉਰਿਟੀ ਗਾਰਡ ਤੇ ਪਿਸਤੌਲ ਤਾਨ ਲਈ ਗਈ ਤੇ ਫਿਰ ਇਹਨਾਂ ਦੇ ਵੱਲੋਂ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪੰਜ ਤੋਂ ਸੱਤ ਲੁਟੇਰੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਇਸ ਸ਼ੋਰੂਮ ਦਾ ਗੇਟ ਟੱਪਿਆ ਜਾਂਦਾ ਜਿਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਪਈ 7 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਦੇ ਵਿੱਚ ਇਹ 5 ਤੋਂ 7 ਲੁਟੇਰੇ ਵਿਖੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹਨਾਂ ਦੇ ਕੋਲ ਖਤਰਨਾਕ ਹਥਿਆਰ ਸੀ ਜਿਸ ਨੂੰ ਲੈ ਕੇ ਇਹ ਲੁੱਟ ਕਰਨ ਪਹੁੰਚੇ ਸੀ ਤਾਂ ਮੌਕੇ ਤੇ ਮੌਜੂਦ ਸੀ ਇੱਕ ਸਿਕਿਉਰਿਟੀ ਗਾਰਡ ਪਰ ਇਹਨਾਂ ਦੇ ਵੱਲੋਂ ਉਸਤੇ ਸਰ ਤੇ ਪਿਸਤੌਲ ਤਾਂ ਲਈ ਜਾਂਦੀ ਹੈ ਤੇ ਉਸ ਨੂੰ ਉੱਥੇ ਹੀ ਬਿਠਾ ਦਿੱਤਾ ਜਾਂਦਾ ਹੈ ਤਾਂ ਬਾਕੀ ਦੇ ਲੁਟੇਰੇ ਅੰਦਰ ਵੜ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਕਰੀਬ 7.5 ਲੱਖ ਰੁਪਏ ਦੀ ਨਕਦੀ ਹੁੰਦੀ ਹੈ ਜੋ ਕਿ ਇਹਨਾਂ ਦੇ ਵੱਲੋਂ ਕੱਢ ਲਈ ਜਾਂਦੀ ਹੈ ਤੇ ਫਿਰ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਬਹਾਦਰਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਵੱਲੋਂ ਬੇਖੌਫ ਹੋ ਕੇ ਕਾਰ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਵੱਡੀ ਲੁੱਟ ਕੀਤੀ ਗਈ ਹੈ केयरटेक कर लो मोटर कंपनी नूणा माजरा से हमारे यहाँ कल रात को एक बजकर सोलह मिनट पर पांच अज्ञात व्यक्ति दीवार कूद कर घुसे हैं जो कि पहले दीवार वर्कशॉप एरिए के अंदर से दीवार कूद के घुसे हैं उसके बाद उन्होंने फिर हमारे शोरूम कमर्शियल शोरूम का जो ना किसी रॉड वगैरह से सरे शीशा तोड़ा फिर पूरे शोरूम की उन्होंने तलाशी ली और उन्होंने हमारे कैशियर का जो ना लोकर भी तोड़ा गया उसकी दराज तोड़ी गई पूरे शोरूम के अंदर छानबीन करके गए तथा तोड़ फोड़ करके गए और उसके बाद वो पीछे वर्कशॉप की तरफ भी पूरा घूम घूम के गए हैं रात को एक बजकर उनसठ मिनट के अंदर वो वापसी हमारी मेन गेट के रास्ते से दिखाई दिए सी सी टी के अंदर हमें पांच आदमी मिले हैं जिन्होंने पूरी तरीके से अपना मुंह ढकया हुआ था ताकि पहचान में ना आ सके ये हमारे पास सी सी की फ़ुटेज भी है और सभी जो ना काफ़ी नुकसान करके गए वो हमारे दो सुरक्षा गार्ड गेट के ऊपर थे जो कि बिल्कुल ही लापरवाही के साथ घोड़े बेच सो रहे थे उनको घटना की कोई जानकारी नहीं इतनी गहरी नींद के अंदर सोए हुए थे कि उनको घटना की कोई भी जानकारी ये नहीं हुई कि यहाँ क्या हो रहा है किसी भी शक आपको अब सब तो क्या बताए सर क्योंकि उन्होंने मुंह ढके हुए थे तो किसी का कोई तेरा पहचान में नहीं आ पा रहा है